ਅਕਲੋ ਤੇ ਅਕਲ ਦੇ ਤਨਿਓ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਹਰ ਕੰਮ ਦੇ ਵਿੱਚ ਐਵੇਂ ਖੜੇ ਹੋ ਕੇ ਫੋਟੋ ਖਿਚਵਾਉਣ ਦੇ ਮਾਰੇ ਖੜੇ ਹੋ ਜਾਂਦੇ ਹੋ ਤੁਸੀਂ ਸਪੀਕਰ ਸਾਹਿਬ ਪ੍ਰਸ਼ਨ ਨੰਬਰ 209 ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਬਨੂੜ ਤਹਿਸੀਲ ਨੂੰ ਇੱਥੇ ਜਿਹੜੇ ਸਾਡੇ ਐਕਸ ਚੀਫ ਮਿਨਿਸਟਰ ਸੀ ਉਹ ਅਨਾਉਂਸ ਕਰਕੇ ਗਏ ਸੀ ਯਾਰ ਉਸੇ ਦਿਨ ਹੀ ਨੋਟੀਫਿਕੇਸ਼ਨ ਦੇ ਲਈ ਜਿਹੜਾ ਉਹ ਭੇਜਤਾ ਸੀਗਾ ਸਾਰਾ ਕੁਝ ਤਿਆਰ ਕਰਕੇ ਤੁਹਾਨੂੰ ਤਜਵੀਜ਼ ਤਾਂ ਲਿਜਾਣ ਦੀ ਲੋੜ ਹੀ ਨਹੀਂ ਮਾਨਯੋਗ ਸਪੀਕਰ ਸਾਹਿਬ ਜਿਹੜੀਆਂ ਸਾਡੇ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਤਜਵੀਜ਼ਾਂ ਚਾਹੀਦੀਆਂ ਉਹ ਅਸੀਂ ਅੱਗੇ ਪੇਸ਼ ਕਰ ਦਾਂਗੇ 8-1 ਦੀ ਤਜਵੀਜ਼ ਬਣ ਕੇ ਉਹ ਤਹਿਸੀਲ ਗਈ ਹੋਈ ਆ ਉਹਨੂੰ ਸਿਰਫ ਲਾਗੂ ਕਰਨਾ ਸੀ ਝੂਠ ਬੋਲਦਾ ਸਦਨ ਕਿ ਸਾਡੇ ਕੋਲ ਤਾਂ ਤਜਵੀਜ਼ ਨਹੀਂ ਆਈ ਆ ਚਿੱਠੀਆਂ ਮੇਰੇ ਕੋਲ ਨੇ ਸਾਰਾ ਕੁਝ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਕੀਤੀ ਫੌਜ ਭਰਤੀ ਦੀ ਸਕੀਮ ਅਗਨੀਪਥ ਦੇ ਵਿਰੁੱਧ ਜਿੱਥੇ ਪੂਰੇ ਭਾਰਤ ਵਿੱਚ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਰਾਜਪੁਰਾ ਦੇ ਟਾਹਲੀ ਵਾਲੇ ਚੌਕ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਇਸ ਮੌਕੇ ਤੇ ਹਰਦਿਆਲ ਸਿੰਘ ਕੰਬੋਜ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਿਹੜੀ ਲਾਗੂ ਕੀਤੀ ਹੈ ਜਿਹੜੀ ਕੇਂਦਰ ਦੇ ਵੱਲੋਂ ਜਾਰੀ ਕੀਤੀ ਹੈ ਤੇ ਦੇਸ਼ ਦੇ ਜੋ ਜਵਾਨਾਂ ਦੇ ਨਾਲ ਖਿਲਵਾੜ ਆ ਉਹਨਾਂ ਦੇ ਭਵਿੱਖ ਦੇ ਨਾਲ ਜਿਹੜਾ ਖਿਲਵਾੜ ਆ ਉਹ ਕੀਤਾ ਗਿਆ ਤਾਂ ਉਹਦੇ ਵਿਰੋਧ ਕਰਨ ਦੇ ਲਈ ਅੱਜ ਅਸੀਂ ਜਿਹੜਾ ਸਾਡਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਨੂੰ ਅਸੀਂ ਲੈ ਕੇ ਆਏ ਹਾਂ ਅਤੇ ਇਹਦਾ ਵਿਰੋਧ ਜਿਹੜਾ ਹੈਗਾ ਅਸੀਂ ਉਹ ਕੀਤਾ ਹੈ ਸਰ ਕੇਂਦਰ ਸਰਕਾਰ ਇਹ ਕਹਿੰਦੇ ਆ ਕਿ ਇਹ 25-30 ਦੇਸ਼ਾਂ 'ਚ ਹੋਰ 'ਚ ਵੀ ਲਾਗੂ ਹੈ ਕਿਸੇ 'ਚ 2 ਸਾਲ ਦੀ ਸਰਵਿਸ ਹੈ ਕਿਸੇ 4 ਸਾਲ ਦੀ ਸਰਵਿਸ ਵੀ ਉਸਨੂੰ ਅਸੀਂ ਇੰਪਲੀਮੈਂਟ ਕੀਤਾ ਇਹ ਤੁਹਾਡੇ ਯਾਦ ਹੋਏਗਾ ਕਿ ਇੱਕ ਵਾਰੀ ਜਦੋਂ 1962 ਦੇ ਵਿੱਚ ਚਾਈਨਾ ਨੇ ਜਿਹੜਾ ਸਾਡੇ 'ਤੇ ਅਟੈਕ ਕੀਤਾ ਸੀ ਤਾਂ ਉਸ ਵਕਤ ਵੀ ਇਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਟੋਟਲ ਫਲੋਪ ਹੋਈ ਸੀ ਸਾਡੇ ਜਿੰਨੇ ਵੀ ਮਤਲਬ ਕਿ ਨਿਊਲੀ ਇਲੈਕਟਡ ਨਵੇਂ ਨਵੇਂ ਰਿਕਰੂਟ ਭਰਤੀ ਕੀਤੇ ਗਏ ਸੀ ਉਹਨਾਂ ਦੀਆਂ ਸੈਂਕੜੇ ਦੇ ਜਿਹੜੀਆਂ ਜਾਨਾਂ ਸੀ ਉਹ ਚਲੀਆਂ ਗਈਆਂ ਸੀ ਅੱਜ ਕਿਹੜਾ ਜਵਾਨ ਆ ਜਿਹੜਾ ਮੇਰੀ ਗੱਲ ਸੁਣੋ ਤੁਸੀਂ ਕਿਸੇ ਫੌਜੀ ਵੀਰ ਨੂੰ ਸੈਨਿਕ ਵੀਰ ਨੂੰ ਪੁੱਛ ਕੇ ਦੇਖ ਲਓ ਕਿਹੜਾ ਜਿਹੜਾ ਜਵਾਨ ਆ ਜਿਹੜਾ 17 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਏਗਾ ਅਤੇ 21ਵੇਂ ਸਾਲ 'ਚ ਉਹ ਘਰ ਵਾਪਸ ਆ ਜਾਏਗਾ ਉਹਦਾ ਤਾਂ ਟੋਟਲ ਭਵਿੱਖ ਧੁੰਦਲਾ ਜ਼ਿੰਦਗੀ ਜਿਹੜੀ ਸ਼ੁਰੂਆਤ ਆ ਉਹ 25-26 ਸਾਲ ਤੋਂ ਬਾਅਦ ਜਾ ਕੇ ਬੰਦਾ ਆਪਣੀ ਲਾਈਫ ਨੂੰ ਸ਼ੁਰੂ ਕਰਦਾ ਉਹ ਤਾਂ 21ਵੇਂ ਸਾਲ ਦੇ ਵਿੱਚ ਹੀ ਉਹਦਾ ਜਿਹੜਾ ਹੈਗਾ ਉਹ ਸਾਰੀ ਜਿਹੜੀ ਜ਼ਿੰਦਗੀ ਆ ਉਹ ਧੁੰਦਲੀ ਹੋ ਜਾਏਗੀ ਹੁਣ ਦੇਖੋ ਜਿਹੜੇ ਮੈਂ ਤਾਂ ਕੋਟਨਕੋਟ ਧੰਨਵਾਦ ਕਰਦਾ ਸੰਗਰੂਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ 3 ਮਹੀਨੇ ਦੇ ਅੰਦਰ ਹੀ ਇਹ ਦਿਖਾਤਾ ਕਿ ਜਿਹੜਾ ਝਾੜੂ ਆ ਉਹਦੀ ਉਮਰ 3 ਮਹੀਨੇ ਤੋਂ ਵੱਧ ਨਹੀਂ ਉਹ ਚੱਲ ਸਕਦਾ ਔਰ ਜਿੱਥੇ ਇਹ ਕਿਹਾ ਕਰਦੇ ਸੀ ਕਿ ਸੰਗਰੂਰ ਨੇ ਸਾਡੀਆਂ ਜੜ੍ਹਾਂ ਲਾਈਆਂ ਤਾਂ ਮੈਂ ਕੋਟਨਕੋਟ ਧੰਨਵਾਦ ਕਰਦਾ ਸੰਗਰੂਰ ਨਿਵਾਸੀਆਂ ਨੇ ਜਿਨ੍ਹਾਂ ਨੇ ਝੂਠ ਦੀਆਂ ਜੜ੍ਹਾਂ ਪੁੱਟੀਆਂ ਅਤੇ ਇਹਨਾਂ ਦੀਆਂ ਜੜ੍ਹਾਂ ਪੱਟ ਕੇ ਰੱਖਤੀਆਂ ਉੱਥੇ 3 ਮਹੀਨੇ ਦੇ ਅੰਦਰ ਦੇਖੋ ਕੱਲ੍ਹ ਪਟੇਲ ਕਾਲਜ ਦੀ ਮੈਨੇਜਮੈਂਟ ਦੀ ਜਿਹੜੀ ਮੀਟਿੰਗ ਸੀ ਉਹ ਹਾਊਸ ਦੀ ਮੀਟਿੰਗ ਸੀ ਹਾਊਸ ਦੇ ਵਿੱਚ ਸਾਰਿਆਂ ਨੇ ਜਿਹੜਾ ਹੈਗਾ ਇਹ ਡਿਸੀਜਨ ਕਰਿਆ ਕਿ ਟੋਟਲ ਜਿਹੜਾ ਯੂਨਾਨਮਸ ਜਿਹੜਾ ਡਿਸੀਜਨ ਹੋਇਆ ਕਿ ਜਿਹੜੀ ਇੱਕ ਤਾਂ ਸਾਡੀ ਜਿਹੜੀ ਸਟਰੈਂਥ ਆ ਕਿਉਂਕਿ ਜਿਹੜਾ ਕਾਲਜ ਪਹਿਲਾਂ 2700 ਦੀ ਜਿਹੜੀ ਸਟਰੈਂਥ ਹੋਇਆ ਕਰਦੀ ਸੀ ਕੁਛ ਕੋਵਿਡ ਕਰਕੇ ਜੇ ਮਾਪੇ ਫੀਸ ਨਹੀਂ ਭਰ ਸਕਦੇ ਕੁਛ ਬੱਚੇ ਸਾਡੇ ਜਿਹੜੇ ਬਾਹਰ ਆ ਉਹ ਚਲੇ ਗਏ ਅੱਜ ਸਿਰਫ 1500-1600 ਦੀ ਸਟਰੈਂਥ ਰਹਿ ਗਈ 1000-1100 ਬੱਚਾ ਜਿਹੜਾ ਉੱਥੇ ਘੱਟ ਗਿਆ ਉਹਦੇ ਕਰਕੇ ਜਿਹੜਾ ਸਾਡਾ ਕਾਲਜ ਹੈ ਜਿਹੜਾ ਉਹ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਲੌਸ ਦੇ ਵਿੱਚ ਹੈ ਅਤੇ ਉਹ ਸਾਰਿਆਂ ਨੇ ਕਿਹਾ ਕਿ ਅੱਜ ਸਿਰਫ ਅਤੇ ਸਿਰਫ ਕਾਲਜ ਨੂੰ ਬਚਾਉਣ ਦੀ ਜ਼ਰੂਰਤ ਆ ਇਹ 'ਚ ਨਵੇਂ ਮੈਂਬਰ ਐਡ ਕਰਨ ਦਾ ਜਾਂ ਕੋਈ ਹੋਰ ਨਹੀਂ ਹੈ ਅਤੇ ਸਭ ਤੋਂ ਵੱਡਾ ਮਤਲਬ ਕਹਿਣ ਦਾ ਵੀ ਇਹ ਸੀ ਕਿ ਜੇ ਕੋਈ ਇਹ ਚਾਹੁੰਦਾ ਕਿ ਅਸੀਂ ਨਵਾਂ ਕੋਈ ਸੰਸਥਾ ਖੋਲ੍ਹਣੀ ਚਾਹੁੰਦੇ ਹਾਂ ਤਾਂ ਉਹ ਸਾਨੂੰ ਉਹ ਜ਼ਮੀਨ ਲਵੇ ਅਤੇ ਸਰਕਾਰ ਉਹਦੇ ਲਈ ਫੰਡ 'ਚ ਮੁਹੱਈਆ ਕਰੇ ਤਾਂ ਨਵਾਂ ਜਿਹੜੀ ਸੰਸਥਾ ਕਿਤੇ ਖੋਲ੍ਹੀ ਜਾ ਸਕਦੀ ਆ ਤਾਂ ਮੈਂ ਇਹ ਇੱਕ ਜ਼ਰੂਰ ਕਹਾਂਗਾ ਦੇਖੋ 10 ਸਾਲ ਹਰਦਿਆਲ ਸਿੰਘ ਵੀ MLA ਰਿਹਾ ਅੱਜ ਤੱਕ ਕੋਈ ਵੀ ਬੰਦਾ ਇਹ ਕਹੇ ਕਿ ਮੈਂ ਕਿਤੇ ਵੀ ਜਿਹੜਾ ਦਖਲ ਆ ਉਹ ਦਿੱਤਾ ਹੋਵੇ ਕਿਤੇ ਮੰਦੇ ਸਾਡਾ ਜਿਹੜਾ ਕਾਲਜ ਆ ਪਟੇਲ ਕਾਲਜ ਉਹ ਵਿੱਦਿਆ ਦਾ ਮੰਦਰ ਆ ਅਤੇ ਵਿੱਦਿਆ ਦੇ ਮੰਦਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਮੈਂ ਕੱਲ੍ਹ ਵੀ ਮੀਟਿੰਗ 'ਚ ਕਿਹਾ ਸੀਗਾ ਕਿ ਮੈਂ ਸਭ ਤੋਂ ਮੂਹਰੇ ਲੱਗਾਂਗਾ ਝੋਲੀ ਅੱਡ ਕੇ ਸ਼ਹਿਰ ਨਿਵਾਸੀਆਂ ਨੂੰ ਕਹਾਂਗਾ ਕਿ ਜੇਕਰ ਕੋਈ ਪ੍ਰੋਬਲਮ ਆ ਤਾਂ ਸਾਨੂੰ ਸਾਰਿਆਂ ਨੂੰ ਅਸੀਂ ਵੀ ਆਪਣੇ ਵੱਲੋਂ ਯੋਗਦਾਨ ਪਾਵਾਂਗੇ ਅਤੇ ਸ਼ਹਿਰ ਨਿਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿਹਾ ਜਾ ਰਿਹਾ ਕਿ ਜਿਹੜੇ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ GST ਵੱਲੋਂ ਨਹੀਂ GST ਤਾਂ ਪਹਿਲਾਂ ਹੀ ਭਰ ਰਹੇ ਆ ਸਾਡੇ ਲੋਕ ਹੁਣ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਜ਼ਿਆਦਾ ਤੁਸੀਂ GST ਥੋੜ੍ਹੀ ਇਕੱਠੀ ਕਰ ਸਕਦੇ ਹੈਗੇ ਆ ਅਤੇ ਲੋਕ ਜਿਹੜੀ ਇਹ ਸਰਕਾਰ ਆ ਉਹ ਸਰਕਾਰ ਆਪਣਾ ਰੈਵਨਿਊ
ਵੱਖ-ਵੱਖ ਸਾਧਨਾਂ ਤੋਂ ਜਨਰੇਟ ਕਰੇ ਨਾ ਕਿ ਲੋਕਾਂ ਦੇ ਉੱਤੇ ਸਿਕੰਜੇ ਕੱਸ ਕੇ ਕਰੇ ਹੋਣ। ਪ੍ਰਧਾਨ ਜੀ ਅਤੇ ਅੱਜ ਚਾਹੇ ਤੁਸੀਂ ਰੇਹੜੀਆਂ ਵਾਲਿਆਂ ਨੂੰ ਛੇੜੋ, ਰੇਹੜੀਆਂ ਵਾਲਿਆਂ ਦੇ ਵਿਚਾਰਿਆਂ ਦੇ ਉਹਨਾਂ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੇ ਕਿੰਨਾ ਕੁ GST ਭਰਨਾ ਹੈਗਾ ਜੀ ਤੁਸੀਂ। ਅਤੇ ਉਰੇ ਆਮ ਜਿਹੜਾ ਛੋਟਾ ਦੁਕਾਨਦਾਰ ਆ, ਫੜੀ ਲਾਉਂਦਾ, ਕੋਈ ਹੋਰ ਲਾਉਂਦਾ ਹੈਗਾ, ਅੱਜ ਉਹਨਾਂ ਨੂੰ ਬਹੁਤ ਵੱਡਾ ਪੈਮਾਨੇ 'ਤੇ ਜਿਹੜਾ ਤੰਗ ਪਰੇਸ਼ਾਨ ਆ ਜਿਹੜਾ ਕੀਤਾ ਜਾ ਰਿਹਾ। ਪ੍ਰਧਾਨ ਜੀ ਪਹਿਲਾਂ ਕਿਉਂ ਨਹੀਂ ਸੀ ਤੰਗ ਕੀਤਾ ਜਾ ਰਿਹਾ? ਪਾਣੀ ਦੀ ਸਮੱਸਿਆ ਬਹੁਤ ਵੱਡੀ ਹੋ ਗਈ ਹੈ ਜੀ ਰਾਜਪੁਰੇ ਦੇ ਵਿੱਚ, ਜਗ੍ਹਾ ਜਗ੍ਹਾ 'ਤੇ ਗੰਦਾ ਪਾਣੀ ਆ ਰਿਹਾ ਜੀ। ਵੀ ਜਦੋਂ ਕਿ ਤੁਸੀਂ ਯਾਨੀ ਕਿ ਆਪਣੇ ਟਾਈਮ ਦੇ ਵਿੱਚ ਯਾਨੀ ਕਿ ਇਹਦੀਆਂ ਆਪਣੇ ਕਹਿ ਰਹੇ ਸੀਗੇ ਕਿ ਵੀ ਇਹਦੇ ਪਾਈਪ ਲਾਈਨਾਂ ਪਈਆਂ ਨੇ, ਹੋਰ ਪਈਆਂ ਨੇ, ਜਦੋਂ ਕਿ ਜਿਹੜੇ ਹੋਣ ਦੀ ਆਪਣੇ ਮੌਜੂਦਾ MLA ਨੇ ਉਹ ਕਹਿੰਦੇ ਵੀ ਕੁਛ ਨਹੀਂ ਹੋਇਆ ਜੀ। ਨਹੀਂ ਨਹੀਂ ਜਦੋਂ ਉਹ ਕਹਿੰਦੇ ਕੁਛ ਨਹੀਂ ਹੋਇਆ, ਹੁਣ ਤਾਂ ਉਹ ਕਹਿ ਮੈਂ ਤਾਂ ਉਹਨਾਂ ਨੂੰ ਉਹ ਤਾਂ ਕਹਿੰਦੇ ਸੀ ਅਸੀਂ 24 ਘੰਟੇ 'ਚ ਸਾਰਾ ਕੁਛ ਕਰ ਦਾਂਗੇ, ਅਤੇ ਮੈਂ ਤਾਂ ਉਹਨਾਂ ਨੂੰ ਹੁਣ ਖੁੱਲ੍ਹਾ ਟਾਈਮ ਦਿੱਤਾ ਵੀ ਤੁਸੀਂ ਕਰੋ, ਤੁਹਾਨੂੰ 6 ਮਹੀਨੇ ਤੋਂ ਬਾਅਦ ਅਸੀਂ ਪੁੱਛਾਂਗੇ। ਹਾਲੇ ਨਹੀਂ ਅਸੀਂ ਪੁੱਛਾਂਗੇ, ਆਫਟਰ 6 ਮੰਥ ਤੁਹਾਡੇ ਨਾਲ ਗੱਲ ਕਰਾਂਗੇ ਕਿ ਜਿਹੜਾ ਤੁਸੀਂ ਝੂਠ ਬੋਲਿਆ ਉਹਨੂੰ ਤੁਸੀਂ ਹੁਣ ਕਿੰਨਾ ਕੁ ਪੂਰਾ ਕਰੋਗੇ। ਕਿੰਨੀ ਕੁ ਸੱਚਾਈ ਹੈ ਵੀ ਯਾਰ ਬੇਤੁਕੀਆਂ ਗੱਲਾਂ ਕਿਉਂ ਪੁੱਛ ਰਹੇ ਹੋ? ਅਈਆਂ ਗੱਲਾਂ ਕਰਨ ਦਾ ਕੋਈ ਆਈਡੀਆ ਹੈਗਾ ਤੁਹਾਨੂੰ? ਗੱਲ ਆਪਾਂ ਕਰੀਏ ਤੁਸੀਂ ਹੁਣ ਸ਼ਹਿਰ 'ਚ ਤਾਂ ਬਹੁਤ ਬਹੁਤ ਚਰਚਾ, ਹੋਰ ਤਰ੍ਹਾਂ ਦੀਆਂ ਚਰਚਾ, ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਸੀ।